सरस्वती ये वाइट लिली है, ये जीनी है, दो तरह की लिली है। ਕੱਲਾ ਇਹਦਾ ਪ੍ਰਾਈਮ 9 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ। ਅੱਜ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਵਿਖੇ ਹਾਂ, ਜਿੱਥੇ ਕਿ ਸਾਡੇ ਨਾਲ ਮੌਜੂਦ ਨੇ ਵੈਦ ਤਰਸੇਮ ਸਿੰਘ ਸੰਦਰ ਜੀ, ਜਿਨ੍ਹਾਂ ਤੋਂ ਅਸੀਂ ਬਹੁਮੁੱਲੀਆਂ ਜਾਣਕਾਰੀਆਂ ਅੱਜ ਪ੍ਰਾਪਤ ਕਰਾਂਗੇ। ਆਯੁਰਵੇਦ ਦਾ ਜਿਹੜਾ ਖਜ਼ਾਨਾ ਇਹਨਾਂ ਦੇ ਕੋਲ ਬਹੁਤ ਸਾਰੇ ਜਿਹੜਾ ਆਯੁਰਵੇਦ ਦੇ ਜੜੀ ਬੂਟੀਆਂ ਨੇ, ਜਿਨ੍ਹਾਂ ਬਾਰੇ ਅੱਜ ਤੁਹਾਨੂੰ ਵਿਸਤਾਰਪੂਰਵਕ ਦੱਸਣਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। थैंक यू जी, थैंक यू। तो अज तुसी केड़ी केड़ी जड़ी बूटियां दे बारे सानू दसोगे? अज मेरे को बहुत मेरे घर दे विच ही बहुत बूटियां हैगियां जिहड़ियां कि मैं बाहरों बड़ी दूरों दूरों लिया के लाइया आ। उन्हां बारे मैं तुहानू सारिआं बारे जानकारी देंगा कि शॉर्टकट च कि इह केड़ी केड़ी बीमारी ते असीं वरत सकते हैं और इहनूं वरतण नाल सानू की फायदे हो सकदे, किस बीमारी दा इहदा इलाज कीता जा सकता है जी। इस वेले आपां खड़े हाँ, ਆ ਜਿਹੜੀ ਸਾਡੇ ਨਜ਼ਦੀਕ ਜਿਹੜੀ ਜੜੀ ਬੂਟੀ ਹੈ, ਇਹ ਕੀ ਕੰਮ ਕਰਦੀ ਹੈ ਅਤੇ ਕੀ ਇਹਦਾ ਜਿਹੜੇ ਆ ਫਾਇਦੇ ਨੇ? ਇਹ ਭੂਮੀ ਅਮਲਾ ਹੈ ਜੀ, ਇਹ ਅਸੀਂ ਲੀਵਰ ਦੇ ਰੋਗਾਂ 'ਤੇ ਦਿੰਦੇ ਹਾਂ। ਇਹਦੇ ਨਾਲ ਅਸੀਂ ਕਾਲਾ ਪੀਲੀਆ ਤੱਕ ਵੀ ਠੀਕ ਕਰ ਸਕਦੇ ਹਾਂ। ਇਹਦੇ ਵਿੱਚ ਕੁਟਕੀ ਵੀ ਪੈ ਜਾਂਦੀ ਹੈ ਅਤੇ ਉਹਦੇ ਨਾਲ ਅਸੀਂ ਬਹੁਤ ਸਾਰੇ ਜਿਹੜੇ ਇਲਾਜ ਹੈ ਉਹ ਕੀਤੇ ਜਾ ਸਕਦੇ ਆ। ਅਤੇ ਹੁਣ ਮੈਂ ਤੁਹਾਨੂੰ ਜਿਹੜੀ ਮਕੋਹ ਤੇ ਜਾਣਕਾਰੀ ਦਿੰਨਾ। ਆ ਪਿਛਲੇ ਪਾਸੇ ਦੇਖੋ, ਇਹ ਮਕੋਹ ਦਾ ਬੂਟਾ ਹੈ ਜਿਹਨੂੰ ਕਿ ਅਸੀਂ ਭੰਬੋਲਾ ਵੀ ਕਹਿੰਦੇ ਹਾਂ। ਇਹ ਪੂਰਾ ਪੰਚਾਂਗ ਹੀ ਵਰਤਿਆ ਜਾਂਦਾ ਅਤੇ ਇਹਦਾ ਵੀ ਜਿਹੜਾ ਹੈਗਾ ਆ ਇਹ ਵੀ ਪੰਚਾਂਗ ਵਰਤਿਆ ਜਾਂਦਾ ਭੂਮੀ ਆਮਲੇ ਦਾ ਵੀ, ਅਤੇ ਇਹਨੂੰ ਵੀ ਅਸੀਂ ਵਰਤ ਸਕਦੇ ਹਾਂ। ਬਾਕੀ ਇਹ ਗੁੜਹਲ ਦਾ ਬੂਟਾ ਹੈ, ਗੁੜਹਲ ਸਾਡੇ ਬਹੁਤ ਸਾਰੇ ਕੰਮ ਆਉਂਦਾ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਜਿੱਦਾਂ ਕਿ ਬਲੱਡ ਦੇ ਰੋਗਾਂ ਦੇ ਵਿੱਚ ਇਹ ਸਫਾਈ ਦਿੰਦਾ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੇਡੀਜ਼ ਦੀਆਂ ਹੈਗੀਆਂ ਉਹਨਾਂ ਨੂੰ ਠੀਕ ਕਰਦਾ ਅਤੇ ਪਿੱਤ ਨੂੰ ਨਾਸ਼ ਕਰਦਾ ਹੈ, ਪਿੱਤ ਦਾ ਨਾਸ਼। ਇਹਦੇ ਨਾਲ ਅਸੀਂ ਸਾਰੀਆਂ ਦਵਾਈਆਂ ਵਿੱਚ ਵਰਤ ਕੇ ਹੋਰ ਫਾਰਮੂਲੇ ਹੈ ਨਾਲ ਅਤੇ ਇਹਨੂੰ ਅਸੀਂ ਠੀਕ ਕਰ ਸਕਦੇ ਹਾਂ। ਬੈ ਸਾਹਿਬ, ਇਹ ਕਿਹੜੀ ਜੜੀ ਬੂਟੀ ਹੈ ਜਿਹੜੀ ਸਾਡੇ ਦਰਸ਼ਕਾਂ ਨੂੰ ਦੱਸੋ, ਇਹਦੇ ਕੀ ਬੈਨੀਫਿਟ ਨੇ ਅਤੇ ਕੀ ਲੋਕਾਂ ਨੂੰ ਇਹਦੇ ਫਾਇਦੇ ਹੋ ਸਕਦੇ ਨੇ? ਇਹਨੂੰ ਅਸੀਂ ਭਾਸ਼ਾ ਦੇ ਵਿੱਚ ਗੋਖਰੂ ਕਹਿੰਦੇ ਹਾਂ ਜੀ, ਠੀਕ ਹੈ ਜੀ। ਉੱਦਾਂ ਇਹ ਸਰ ਅਸੀਂ ਇਹਨੂੰ ਭੱਖੜਾ ਵੀ ਕਹਿੰਦੇ ਹਾਂ। ਇਹ ਸਾਡੇ ਖੇਤਾਂ ਦੇ ਵਿੱਚ ਪਹਿਲਾਂ ਆਮ ਹੁੰਦਾ ਸੀ ਅਤੇ ਹੁਣ ਤਾਂ ਇਹ ਕੁਛ ਦੁਰਲੱਭ ਹੀ ਹੁੰਦਾ ਜਾ ਰਿਹਾ, ਨਹੀਂ ਮਿਲ ਰਿਹਾ, ਲੋਕਾਂ ਨੇ ਪਟਪਟ ਸਿੱਟ ਦਿੱਤਾ। ਅਤੇ ਇਹ ਸਾਡੇ ਲੀਵਰ ਦੇ ਰੋਗਾਂ ਵਾਸਤੇ, ਗੁਰਦੇ ਦੇ ਰੋਗਾਂ ਦੀ ਸਫਾਈ ਵਾਸਤੇ ਬਹੁਤ ਕੰਮ ਆਉਂਦਾ ਆ ਔਰ ਅਸੀਂ ਇਹਨੂੰ ਵਧੀਆ ਢੰਗ ਨਾਲ ਵਰਤੀਏ ਤਾਂ ਅਸੀਂ ਕਾਫੀ ਰੋਗ ਜਿਹੜੇ ਹੈਗੇ ਆ ਉਹ ਇਹਦੇ ਨਾਲ ਠੀਕ ਕੀਤੇ ਜਾ ਸਕਦੇ ਹੈ। ਤੁਹਾਡੇ ਕੋਲ ਬੂਟੇ ਨੇ, ਉਹਨਾਂ ਬਾਰੇ ਇਹ ਕਿਹੜੀ ਚੀਜ਼ ਦਾ ਪੱਤਾ ਹੈ? ਇਹ ਨਾਗਦੌਣ ਦਾ ਪੱਤਾ ਹੈ ਜੀ। ਅਤੇ ਇਹਦੇ ਕੀ ਬੈਨੀਫਿਟ? ਇਹ ਪਾਈਲਸ ਵਾਸਤੇ ਕੰਮ ਆਉਂਦਾ ਬਹੁਤ, ਅਤੇ ਆਮ ਤਾਂ ਮੇਰੇ ਕਹਿਣ ਅਨੁਸਾਰ ਸਾਡੀਆਂ ਕਿਤਾਬਾਂ ਅਨੁਸਾਰ ਜਿੱਥੇ ਇਹ ਹੁੰਦਾ ਆ ਉੱਥੇ ਨਾਗ ਘੱਟ ਆਉਂਦਾ, ਨਾਗ ਦੌਣ ਇਹਨੂੰ ਨਾ ਹੀ ਤਦੇ ਰੱਖਿਆ ਗਿਆ ਵੀ ਇਹਦੇ ਨਾਲ ਜਿਹੜੇ ਸੱਪ ਹੈਗੇ ਆ ਇਹ ਬਹੁਤ ਘੱਟ ਦਿਖਾਈ ਦਿੰਦੇ ਆ ਅਤੇ ਇਹਦੀ ਬਾਸ਼ਣ ਹੀ ਇੱਦਾਂ ਦੀ ਨਿਕਲਦੀ ਆ ਜਿਹਦੇ ਨਾਲ ਕਿ ਉਹ ਦੂਰ ਰਹਿੰਦੇ ਆ। ਅੱਜ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਹੋਰ ਵੀ ਜਿਹੜੀਆਂ ਜੜੀ ਬੂਟੀਆਂ, ਬਹੁਮੁੱਲੀਆਂ ਜੜੀ ਬੂਟੀਆਂ ਜਿਨ੍ਹਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਸਾਰਾ ਮਹੱਤਵ ਹੈ। ਅਸੀਂ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਸਾਡੇ ਨਾਲ ਵੈਦ ਸਾਹਿਬ ਮੌਜੂਦ ਨੇ, ਉਹ ਤੁਹਾਨੂੰ ਇਹਨਾਂ ਜੜੀ ਬੂਟੀਆਂ ਬਾਰੇ ਪੂਰਾ ਵਿਸਤਾਰਪੂਰਵਕ ਦੱਸਣਗੇ ਕਿਵੇਂ ਸਾਡੇ ਜੀਵਨ ਦੇ ਵਿੱਚ ਪੂਰੀਆਂ ਲਾਹੇਵੰਦ ਨੇ। ਵੈਦ ਸਾਹਿਬ, ਇੱਕ ਹੋਰ ਨਵੀਂ ਜਿਹੜੀ ਆ ਜੜੀ ਬੂਟੀ ਲੈ ਕੇ ਆਏ ਆ ਅਤੇ ਇਹਦੇ ਬੈਨੀਫਿਟ ਬਾਰੇ ਸਾਨੂੰ ਦੱਸਣਗੇ, ਇਹ ਕੀ ਜੜੀ ਬੂਟੀ ਹੈ ਜੀ ਅਤੇ ਇਹਦੇ ਇਨਸਾਨਾਂ ਨੂੰ ਕੀ ਫਾਇਦੇ ਨੇ? ਇਹ ਮਰਿੰਗਾ ਹੈ ਜੀ, ਸੁਹਾਂਜਣਾ ਵੀ ਅਸੀਂ ਇਹਨੂੰ ਕਹਿੰਦੇ ਹਾਂ, ਪਰ ਇਹ ਮਿੱਠਾ ਹੈ। ਇੱਕ ਸੁਹਾਂਜਣਾ ਕੌੜਾ ਹੁੰਦਾ ਬਹੁਤ, ਇੱਕ ਮਿੱਠਾ ਹੁੰਦਾ। ਇਹ ਮਿੱਠਾ ਸੁਹਾਂਜਣਾ ਮੈਂ ਆਪਣੇ ਘਰ ਲਾਇਆ, ਇਹਦੀਆਂ ਫਲੀਆਂ ਦੀ ਸਬਜ਼ੀ, ਇਹਦੇ ਵਿੱਚ ਜਿੰਨੇ ਵੀ ਬੋਡੀ ਨੂੰ ਤੱਤ ਚਾਹੀਦੇ ਇਹਦੇ ਵਿੱਚ ਪੂਰੇ ਮੌਜੂਦ ਹੈ, ਜਿਹਨਾਂ ਨੂੰ ਕਿ ਅਸੀਂ ਦੇਣ ਨਾਲ ਬੋਡੀ ਨੂੰ ਬਿਲਕੁਲ ਕਾਇਮ ਰੱਖਿਆ ਜਾ ਸਕਦਾ। ਇਹ ਸਬਜ਼ੀ 'ਚ ਵੀ ਪੈਂਦੇ ਪੱਤੇ ਅਤੇ ਬਾਕੀ ਵੀ ਅਸੀਂ ਕਾੜਿਆਂ ਦੇ ਵਿੱਚ ਪਾ ਕੇ ਵੀ ਅਸੀਂ ਵਰਤ ਸਕਦੇ, ਇਹਦੀ ਚਾਹ ਵੀ ਬਣਾ ਕੇ ਅਸੀਂ ਪੀ ਸਕਦੇ ਹਾਂ। ਥੋੜ੍ਹਾ ਕੌੜਾ ਹੈ ਪਰ ਇਹ ਕੌੜੇ ਵਾਲਾ ਨਹੀਂ, ਇਹ ਮਿੱਠਾ ਹੈ। ਇਹ ਡਾਕਟਰ ਸਾਹਿਬ, ਇਹ ਉਹੀ ਮਰਿੰਗਾ ਜਿਹੜਾ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਜਿਹੜਾ ਲੋਕ ਕੰਪਨੀਆਂ ਵੇਚ ਰਹੀਆਂ? ਹਾਂ, ਉਹੀ ਮਰਿੰਗਾ ਹੈ ਜਿਹੜਾ ਕਿ ਕੰਪਨੀਆਂ ਦੇ ਵਿੱਚ ਬਹੁਤ ਮਹਿੰਗੇ ਭਾਅ 'ਤੇ ਮਿਲ ਰਿਹਾ ਅਤੇ ਜੇ ਅਸੀਂ ਆਪਣੇ ਘਰਾਂ 'ਚ ਲਾ ਲਈਏ ਨਾਲੇ ਤਾਂ ਵਾਤਾਵਰਨ ਸ਼ੁੱਧ ਰਹੇਗਾ ਅਤੇ ਨਾਲ ਹੀ ਇਹਦਾ ਸਾਨੂੰ ਬਹੁਤ ਸਾਰੇ ਬੈਨੀਫਿਟ ਆ ਜਿਹੜੇ ਕਿ ਅਸੀਂ ਇਹ ਤੋਂ ਲੈ ਸਕਦੇ ਹਾਂ।
सो डॉक्टर साहब का कहना है कि बहुत सारे जड़ी बूटियां वो घर में उगा के तुसी इन्हां दा बेनीफिट ले सकते हो ते अपनी जिहड़ी जिंदगी आ उसनू बेहतर बना सकते हो। उन्हां कोल होर भी एक जड़ी बूटी है जिहदे मतलब असमई फायदे ने, की ने फायदे दे? ये तेज पत्तर है जी, ये तेज पत्तर आम मिलता, ये शुगर वास्ते और थोड़ी गर्म बूटी है, बाज के रोगों को बिल्कुल ठीक करता है। तो यू असी आम सब्जी में पा के बरते, चौलों में हलवाई यू पाते हैं और पत्ते बच्चे उदा ही होंगे चौल दे, और पत्ते भी लोग खाते हैं और मेरे घर के बूटा हैगा है, मैं लिया के लाया तो ये सानू काफ़ी बेनीफिट मिलते हैं जी। ये शुगर के किमें लाहे पाता है? शुगर के बॉडी के इंसुलिन नहीं बनती वो करके है, तो उन्होंने ये बनाने की कोशिश करता। मैं रात ही एक मैसेज मैनू आया सी, मैं पढ़िया कि प्याज का वो भी एक बेनीफिट वधिया आ, प्याज असीं निरने पिट खाने हैं तो बहुत वधिया चीज़ है और सानू बिल्कुल वह शुगर तो रहत कर सकता जे असी हूँ किसी ढंग सिर खाधा जाए। इदा नहीं है भी प्याज अगले ने लिख दिता तो असी प्याज खाना शुरू करता, इदा नहीं। अगले नूं पुछो बार बार, तो अगले दे नंबर पिछे चलना ही है, वो दे ते गल कर लो, सब कुछ सानू मिलेगा बच्चों। ये डॉक्टर साहब केड़ी बेल है ये जी? ग्लो है जी, अमृता कहने नूं, अमृता रिष्ट भी हुंदा जी, ते ये तो असी मतलब यदा अर्क भी कढ़दे आ, ते यदा असी सत भी बनाने आ। जिहड़ा अमृता दा सत हैगा, ग्लो दा सत नूं असी आम बोलदे आ, ग्लो पाउडर भी असी वरतदे आ, ते ग्लो असी उदां भी इहदा सत भी, मैं तां इहदा सत भी कढ के वरतदा, सत इहदा आम बिकदा भी आ, अमृता इहनूं कहिंदे आ। और अमृता मतलब ये भगवान धनवंतरी जी के हाथ सी जिस तरह उन्होंने जन्म लिया, ठीक है जी, जिल्ला वो धरती पर आए उन्होंने हाथ सी। तुसी ये अंदाजा ला लो जिहड़े उत्थों ही लैके आए सी, ये किन्नी अमृत है, इहनूं तदे ही अमृता कहा जाता, इहदे विच सारे अमृत है, इहनूं असी सारियां मतलब दवाइयां दे विच वरत सकते हैं और दे सकते हैं, बुखारां विच भी अमृता रिष्ट असी दिंदे हां, ते बाकी दवाई टाइफाइड विच भी असी वरतदे हां, होर भी बहुत सारे वरतदे हां, ये तो असी कई भस्मा भी तैयार करते हैं इन पा के, ते ओ आम असी जीवन दे विच अपने च वरतदे हां और लोगों तक इहदा फायदा पहुँचाने। जी अद्भुत है ममूलियां जड़ी बूटियां ने आयुर्वेद के लोग इन्हां नूं किवें अपनाउण की सुनेहा लोगों? देखो जी मैं तो आम अपने वैद्यां नूं भी अपने किसान वीरां नूं भी जिन्हां कोल जगह है वह इन्हां बूटियां नूं उगाउण ता कि जिहड़ियां सानू महंगीआं बूटियां मिलदियां सानू वह सस्तियां मिल सकदियां। और एक वन विभाग जी ने स्कीम लागू की सी, उन्हें हर पिंड दे विच हरड़ बहेड़ा आंवला बहुत सारिया साड़ियां बूटियां जिहड़े कम दियां सीगियां, निम दे बूटे लाए, बहुत कुछ लाया ता कि असी उन्हां बूटियां नूं एक थां तों संग्रह कर सकीए। उन्होंने आयुर्वेद नूं बढ़ावा देण वास्ते बहुत ही कुछ उपराले किए आ, उहदे विच साडे इत्थे अफसर सीगे हुशियारपुर वन विभाग के बड़े अफसर सीगे वो महावीर सिंह जी, उन्होंने साडे नाल बहुत राबता कायम किया, बहुत कुछ सानू दिता उन्होंने और बहुत कुछ असी उन्होंने तो लिया, उन्होंने कई बूटियां की पछाण सातों ली है, तो असी उन्होंने नाल बहुत ही वधिया ढंग नाल चलते रहे, तो हुण तां वो चीफ बन के चंडीगढ़ चल गए आ, तो हुण उत्थों भी वो मेरे नाल पूरा राबता जिहड़ा हैगा वह कायम रखते आ, ता कि मैं इन्हां उन्हां नाल जुड़ सकां, उन्हां दीआं स्कीमां नाल जुड़ सकां, उन्हां दीआं स्कीमां मैं अपने वैदां तक पहुँचा सकां। मैं हर एक वैद नूं इह जरूर मतलब कहना चाहुंदा कि अपने घर घर इन्हां बूटियां नूं उगाओ जिहड़ियां सानूं बाहरों नहीं लभदियां, बाहरों बहुत सारियां बूटियां जिहड़ियां सीगियां कीमती वो उड गईयां क्योंकि यूरिया इन्हां नूं खत्म करी जा रहा, हुण टाली दे बूटे देख लो सानूं मिलदे नहीं है, ठीक है जी, अंब भी जा रहे आ, वो कारण मेन यही है कि यूरिए ने थल्यों उन्हां दीआं जड़ां जिहड़ियां वो खत्म करतीआं, ते मैं तां सरकार अगे भी अपील करूँगा कि वध तों वध जिहड़े बूटे हैगे आ साडे आयुर्वेद दे लाए जाण तां कि असीं उन्हां नाल, हुण तुसीं अर्जन दा बूटा ही देख लो सरकार ने बहुत लाया, इहदे विच उहदा सानूं बहुत फायदा है, ठीक है जी, जिहड़ी हवा आ उह शुद्ध है, जिद्दां हुण पिप्पल सीगा बोहड़ सीगा, ठीक है जी, ये जिहड़े सीगे बूटे हुण घट लभदे आ पर पिपड़ बोर्ड सब तो वधिया
दवाइयां विच भी और सब तो बढ़िया ऑक्सीजन उन्हां तों सानूं मिलदी आ। असी सियाणे लोग घरां च नहीं सौंदे सी, जाके पिपलां बोड़ां थले मंजे डाउंदे सी तां कि उह प्योर ऑक्सीजन लैंदे सी। हुण तुसीं देखो जिद्दां करोना आया ऑक्सीजन घटी, दुनिया का की हाल होया वह सारे ही जानते हैं। करोना एक महामारी के रूप च आई आ जिन्हें कि बिल्कुल घर के घर तबाह कर दिते, तो बहुत सारे मेरे भी दो वैद वो जोड़े है एक्सपायर होए, तो मैनू इस गल का भी बहुत दुख है। पर मैं चाहना कि सरकार हूँ भी जिदा वन विभाग न कर रहे हैं उदा ही अगे तो अगे बूटे लाए जाता कि साडा यह हर एक बंदा अपनी जिंदगी दो बूटे भी ला दे ते बहुत ही वधिया। मैं एक सियाणा बंदा देखिया सी उहदे जिल्ला कुड़ी जम्मी उहने उस नाल रिजैन दे पंज बूटे लाए, मैं कुदरती दूजी जम्मी तो उहने फिर पंज लाए। मैं उहनूं कहा इह की, कहिंदा जदों इहनां दे ब्याह करने उदों इहनां तों पैसे मिलने तां मैं इहनां दे ब्याह कर देने इहदे नाल। ठीक है जी, उहदी सोच किड्डी वड्डी सी और उस सोच ते ही उह चलदा रहा जी। ठीक है जी, तां उहने अपने सारे बच्चे उहदे सैट हो गए। ठीक है, ते मैं इही सुनेहा सारे वैदां नूं देना चाहुंदा कि तुसीं अपने ਘਰਾਂ 'ਚ ਕੀ ਆਪਣੇ ਗਮਲਿਆਂ 'ਚ ਕੀ ਇਹਨਾਂ ਬੂਟੀਆਂ ਨੂੰ ਲਾ ਕੇ ਇਹਨਾਂ ਦੀ ਪਛਾਣ ਬਣਾਓ ਤਾਂ ਕਿ ਜਿਹੜੀਆਂ ਦੁਰਲੱਭ ਬੂਟੀਆਂ ਗੁਆਚ ਰਹੀਆਂ ਇਹਨਾਂ ਨੂੰ ਲੱਭੋ ਅਤੇ ਲੱਭ ਕੇ ਤਾਂ ਇਹ ਸਨ ਵੈਦ ਤਰਸੇਮ ਸਿੰਘ ਸੰਦਰ ਜੀ, ਜਿਨ੍ਹਾਂ ਨੇ ਤੁਹਾਨੂੰ ਆਯੁਰਵੇਦ ਦੀਆਂ ਜੜੀ ਬੂਟੀਆਂ ਦੇ ਬਾਰੇ ਬਹਿਮੁੱਲੀ ਜਿਹੜੀ ਜਾਣਕਾਰੀ ਦਿੱਤੀ ਤਾਂ ਜੋ ਲੋਕ ਆਪਣੀ ਜੀਵਨ ਸ਼ੈਲੀ ਦੇ ਵਿੱਚ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਉਗਾ ਕੇ ਜਾਂ ਆਪਣੇ ਜੋ ਉਹਨਾਂ ਦੀ ਐਗਰੀਕਲਚਰ ਜ਼ਮੀਨ ਆ ਉਹਨਾਂ ਉੱਥੇ ਉਗਾ ਕੇ, ਇੱਕ ਤਾਂ ਇਹਦੇ ਨਾਲ ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਤੁਹਾਨੂੰ ਬਿਮਾਰੀਆਂ ਤੋਂ ਬਚ ਸਕਦੇ ਹੋ, ਦੂਜਾ ਤੁਹਾਡੀ ਜਿਹੜੀ ਹਵਾ ਆ ਉਹ ਵੀ ਸ਼ੁੱਧ ਮਿਲੇਗੀ। ਸੋ ਤੁਹਾਨੂੰ ਜਿਹੜੇ ਆਯੁਰਵੇਦ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਜਿਹੜੀ ਜੀਵਨ ਦੇ ਵਿੱਚ ਜਿਹੜਾ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਸਨ ਵੈਦ ਤਰਸੇਮ ਸਿੰਘ ਸੰਦਰ ਜੀ, ਜੋ ਕਿ ਜ਼ਿਲ੍ਹਾ ਵੈਦ ਮੰਡਲ ਦੇ ਪ੍ਰਧਾਨ ਸਨ, ਜਿਨ੍ਹਾਂ ਨੇ ਸਾਨੂੰ ਬਹੁਮੁੱਲੀ ਜਾਣਕਾਰੀ ਦਿੱਤੀ। ਹੁਸ਼ਿਆਰਪੁਰ ਤੋਂ ਜਸਪ੍ਰੀਤ ਸਿੰਘ ਸੈਣੀ, ਪ੍ਰਾਈਮ 9 ਪੰਜਾਬੀ TV।